तोड़न मरोड़न वाली गल, पागल है कि नहीं वी डोंट नो, ठीक है जी, पागल सिगा कि नहीं सानू नहीं पता जी सर, जे बंदा हुंदा फिर आपां उनूं एस्टैबलिश कर दे, मेडिकल करवा लेंदे। बट मैं दसन लगा जिहड़ी वीडियो आई है उहदे विच कपड़िआं तों वी शकल तों वी उह सेम बंदा लगदा, असीं उहदी आइडेंटिटी एस्टैबलिश कीती आ। वीडियो बनाउण वाला बंदा जिस सवेरे इसी जगह ते बुलाया गया सी, ਉਹ ਜਿਮ ਹੈਗਾ ਜਿਹੜਾ ਫਿਟਨੈਸ ਜਿਮ, ਉਸ ਜਿਮ ਦੇ ਮਾਲਕ ਨੂੰ ਬੁਲਾਇਆ ਸੀ, ਉਹਦੇ ਕਿਸੇ ਵਰਕਰ ਨੇ ਉਹ ਵੀਡੀਓ ਬਣਾਈ ਸੀ, ਉਹਦੇ ਕੋਈ ਉਹਨੇ ਅਟੈਂਡੈਂਟ ਰੱਖੀ ਆ ਲੜਕੀ ਸ਼ਾਇਦ, ਉਹਨਾਂ ਨੇ ਉਹ ਵੀਡੀਓ ਬਣਾਈ ਸੀ 7:54 'ਤੇ ਸੈਟਰਡੇ ਨੂੰ ਉਹ ਵੀਡੀਓ ਸ਼ੂਟ ਹੋਈ ਹੈ। ਹੁਣ ਉਹਨਾਂ ਨੇ ਜਿੰਨੀ ਬਣਾਈ ਸੀ ਉਹਨਾਂ ਨੇ ਸਾਨੂੰ, ਅਸੀਂ ਉਹਨਾਂ ਤੋਂ ਉਹਨਾਂ ਨੇ ਕਿਸੇ ਨਾਲ ਸ਼ੇਅਰ ਕੀਤੀ ਸੀ ਕਈ ਪੁਆਇੰਟਸ ਦੇ ਉੱਪਰ, ਅਸੀਂ ਉਹਨਾਂ ਸਾਰਿਆਂ ਬੰਦੇ ਨੂੰ ਜਿੱਥੇ ਜਿੱਥੇ ਮੀਡੀਆ 'ਚ ਵੀ ਸਾਨੂੰ ਪਤਾ ਲੱਗੀ ਸੀ, ਅਸੀਂ ਉਹਨਾਂ ਦੀ ਸਟੇਟਮੈਂਟ ਰਿਕਾਰਡ ਕਰ ਰਹੇ ਹਾਂ, ਜਿਹੜੀ ਵੀਡੀਓ ਹੈਗੀ ਆ ਉਹਨੂੰ ਸਟੈਬਲਿਸ਼ ਕਰ ਰਹੇ ਹਾਂ। ਬਟ ਮੋਰ ਔਰ ਲੈਸ ਜੇ ਮੈਂ ਕਹਾਂ ਬਈ ਉਹ ਵੀਡੀਓ ਉਸੇ ਬੱਚੇ ਦੀ ਲੱਗਦੀ ਸੀਗੀ ਜਿਹੜਾ ਜਿਹਦੀ ਡੈਥ ਹੋਈ। ਸਰ ਨੈਕਸਟ ਇਹਦੇ 'ਚ ਸਰ ਇੱਕ ਮੇਨ ਦੂਸਰਾ ਪੁਆਇੰਟ ਸਾਹਮਣੇ ਆ ਰਿਹਾ, ਬਾਬੇ ਦੇ ਬਾਰੇ ਸਰ ਕੁਛ ਜਾਣਕਾਰੀ ਦਿਓ, ਕਿਉਂਕਿ ਉਹ ਖੁਦ ਮੰਨ ਰਹੇ ਕਿ ਬਾਬੇ ਬਾਰੇ, ਮੇਰੇ ਕੋਲ ਜਾਣਕਾਰੀ ਇਹ ਆ ਵੀ ਉਹ ਸਾਡੀ ਐੱਫ ਆਈ ਆਰ ਦਾ ਕੰਪਲੇਨੈਂਟ ਹੈਗਾ, ਸਾਡੀ ਜਿਹੜੀ ਐੱਫ ਆਈ ਆਰ ਹੈਗੀ ਆ ਸੈਕਰੀਲੀਜਸ ਦੇ ਰਿਗਾਰਡਿੰਗ, ਉਹਦੇ ਬਿਆਨ 'ਤੇ ਦਰਜ ਹੋਈ ਹੈ। ਉਹਦੇ ਬਾਰੇ ਜਿਹੜੀਆਂ ਗੱਲਾਂ ਤੁਸੀਂ ਪੁੱਛ ਰਹੇ ਹਾਂ ਵੀ ਉਹਦੀ ਆਹ ਫੋਟੋ ਆ ਰਹੀ, ਇਹ ਸਾਰੇ ਫੈਕਟ ਨਹੀਂ ਹੈਗੇ, ਮੈਂ ਫੈਕਟ ਦੇ ਉੱਪਰ ਹੀ ਗੱਲ ਕਰ ਸਕਦਾ। ਨੋ ਡਾਊਟ ਉਹ ਪਾਕਿਸਤਾਨ ਵਿਜ਼ਿਟ ਕਰਦਾ, ਉਹ ਫੈਕਟ ਹੈ, ਉਹਦੇ ਪਾਕਿਸਤਾਨ ਦੇ ਵੀਜ਼ੇ ਉਹਦੇ ਪਾਸਪੋਰਟ 'ਤੇ ਹੈਗੇ ਨੇ, ਉਹ ਆਪ ਦੱਸਦਾ ਹੈਗਾ, ਇਹਦੇ ਵਿੱਚ ਲੁਕਾਉਣ ਵਾਲੀ ਗੱਲ ਨਹੀਂ ਵੀ ਮੈਂ ਪਾਕਿਸਤਾਨ ਜਥੇ ਲੈ ਕੇ ਜਾਂਦਾ, ਮੇਰਾ ਬੱਚਾ ਇੱਕ ਜਿਹੜਾ ਉਹ ਕੀਰਤਨ ਕਰਦਾ ਉਹਦੇ ਬੇਸ ਦੇ ਉੱਪਰ ਅਸੀਂ ਜਾਂਦੇ ਹਾਂ ਔਰ ਮੈਂ ਟਰੈਵਲ ਕਰਦਾ, ਇਹ ਤਾਂ ਫੈਕਟ ਹੈਗਾ। ਬਾਕੀ ਕੋਈ ਵੀ ਗੱਲਾਂ ਜੇ ਕੋਈ ਪਤਾ ਕਰਨ ਵਾਲੀਆਂ ਹੋਣਗੀਆਂ ਤਾਂ ਇਨਵੈਸਟੀਗੇਸ਼ਨ ਇਜ਼ ਕੁਆਈਟ ਓਪਨ, ਵੀ ਵਿਲ ਗੋ ਇਨ ਡੈਪਥ, ਚਾਹੇ ਉਹ ਏ ਹੈ ਚਾਹੇ ਬੀ ਹੈ ਚਾਹੇ ਸੀ ਹੈ, ਉਹ ਸਾਡੇ ਲਈ ਕੋਈ ਮਾਇਨੇ ਨਹੀਂ ਰੱਖਦੀ ਗੱਲ। ਜੇ ਜਦੋਂ ਜਿੱਥੇ ਤੱਕ ਗੱਲ ਕ੍ਰਾਈਮ ਡਿਟੈਕਟ ਕਰਨ ਦੀ ਆ, ਕੇਸ ਟਰੇਸ ਕਰਨ ਦੀ ਆ, ਉਹਦੇ ਲਈ ਸਾਨੂੰ ਜੋ ਵੀ ਕਰਨਾ ਪਿਆ ਅਸੀਂ ਕਰਨਾ ਹੈਗਾ। ਸਰ ਮੌਬ ਲੋਚਿੰਗ ਲੈਚਿੰਗ ਜਿਹੜੀ ਹੋਈ ਆ ਉਹਦੇ ਬਾਰੇ ਕੁਛ ਤੁਸੀਂ ਦੱਸੋਗੇ ਕਿ ਉੱਥੇ ਜਿਹੜੇ ਇੰਨੀ ਜ਼ਿਆਦਾ ਮੌਬ ਦੇ ਨਾਲ? ਮੈਂ ਉਹ ਤੋਂ ਪਹਿਲੀ ਗੱਲ ਦੱਸੂੰਗਾ ਜੀ, ਦਰਬਾਰ ਸਾਹਿਬ ਦੇ ਵਿੱਚ ਜਿਹੜੀ ਗੱਲ ਹੋਈ ਉਹ ਵੀ ਰਿਕਾਰਡਡ ਹੈ, ਦੇਰ ਆਰ 400 ਕੈਮਰਾਜ਼ ਇਨ ਦਰਬਾਰ ਸਾਹਿਬ, ਇੱਕ ਇੱਕ ਗੱਲ ਉਹ ਰਿਕਾਰਡਡ ਹੈ ਬਈ ਉਹ ਬੰਦਾ ਕਿੱਦਾਂ ਗਿਆ, ਕਿੱਥੋਂ ਆਇਆ, ਕਿੱਦਾਂ ਕੀਤਾ, ਤੁਹਾਡੇ ਸਾਹਮਣੇ ਆ, ਮੇਰੇ ਵੀ ਸਾਹਮਣੇ ਆ। ਇਮੋਸ਼ਨ ਸੈਂਟੀਮੈਂਟ ਨੂੰ ਦੇਖਣਾ ਵੀ ਐਜ਼ ਏ ਪਾਰਟ ਆਫ ਇਨਫੋਰਸਮੈਂਟ ਏਜੰਸੀ ਮੇਰਾ ਕੰਮ, ਅਸੀਂ ਉਹਨੂੰ ਧਿਆਨ 'ਚ ਰੱਖ ਰਹੇ ਹਾਂ। ਅਸੀਂ ਜਿਹੜਾ ਪੰਜਾਬ ਦਾ ਮਾਹੌਲ ਆ, ਲੋਅ ਐਂਡ ਆਰਡਰ ਆ, ਹਾਲਾਤ ਆ, ਉਹਨੂੰ ਠੀਕ ਰੱਖਣਾ ਸਾਡੀ ਜ਼ਿੰਮੇਵਾਰੀ ਹੈ। ਉਹ ਕੇਸ ਦੇ ਵਿੱਚ ਹਲੇ ਤੱਕ ਤਹਿਕੀਕਾਤ ਹੋ ਰਹੀ ਹੈ, ਨੈਕਸਟ ਡੇ ਸਾਡਾ ਕੇਸ ਹੋ ਗਿਆ। ਮਟਰ ਜਿਹੜਾ ਪੁਲਿਸ ਦੇ ਸਾਹਮਣੇ ਹੋ ਰਿਹਾ, ਬਹਿਸ ਕਰਨਾ ਹੈ ਕਿ ਗੱਲ ਕਰਨਾ? ਨਹੀਂ ਨਹੀਂ ਸਰ, ਮੈਂ ਸਵਾਲ ਕਰ, ਮੈਂ ਤੁਹਾਨੂੰ ਬਹਿਸ ਕਰਨਾ ਹੈ ਜਾਂ ਗੱਲ, ਇੱਕ ਗੱਲ ਦਾ ਜਵਾਬ ਦਿਓ। ਮੈਂ ਤਾਂ ਸਵਾਲ ਕਰ ਰਿਹਾ ਜੀ, ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਦੇਰ ਇਜ਼ ਅਕਿਊਟ ਲੋਅ ਐਂਡ ਆਰਡਰ ਪ੍ਰੋਬਲਮ, ਵੀ ਹੈਵ ਟੂ ਫੇਸ ਇਟ। ਲੋਅ ਐਂਡ ਆਰਡਰ ਇਜ਼ ਨੰਬਰ 1 ਥਿੰਗ, ਅਦਰ ਜਿਹੜੀ ਦੂਜੀ ਗੱਲ ਹੈਗੀ ਆ ਉਹ ਨੰਬਰ 2 'ਤੇ ਆ। ਅਸੀਂ 72 ਘੰਟੇ ਦਾ ਪ੍ਰੋਸੀਜਰ ਹੈ, ਅਸੀਂ ਉਹਨੂੰ ਫੋਲੋ ਕਰ ਰਹੇ ਹਾਂ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਐੱਫ ਆਈ ਆਰ ਤੋਂ ਪਹਿਲਾਂ ਉਹਦਾ ਕੋਈ ਬਲੱਡ ਰਿਲੇਸ਼ਨ ਮਿਲ ਜਾਵੇ। ਇਫ ਵੀ ਰਜਿਸਟਰਡ ਐੱਫ ਆਈ ਆਰ ਔਨ ਬਲੱਡ ਰਿਲੇਸ਼ਨਸ ਸਟੇਟਮੈਂਟ, ਦੈਟ ਇਜ਼ ਏ ਮੋਰ ਇਫੈਕਟਿਵ ਐੱਫ ਆਈ ਆਰ ਦੈਨ ਅਦਰ। ਗੱਲ ਫੋਲੋ ਕਰ ਲਈ ਮੈਂ ਹੁਣ ਆਪਾਂ, ਇਫ ਜੇ ਆਪਾਂ ਗ੍ਰਿਲ ਵਾਲੇ ਪਾਸੇ ਚੱਲਣਾ ਦੈਨ ਯੂ ਹੈਵ ਮੈਨੀ।